ਬਹੁਤ ਸੁੱਠਾ ਹੋਇਆ ਕਿਵੇਂ ਚੱਲ ਵੀ ਰਹੀ ਹੈ ਫਿਰ ਚੀਜ਼ ਹੀ ਬਸ ਆਪਣੀ ਇਹ ਕੀਮਾ ਬੈਸਟਾ ਬਣਾ ਲਈਆਂ ਤਾਂ ਉਹ ਦੱਸ ਸਕਦੇ ਸਾਰੀਆਂ ਦੇਖਦੀਆਂ ਕਿ ਬਣਾ ਲਈਆਂ ਜਾਂ ਜਾਂ ਇਹ ਕੋਫਤੇ ਜਿਹੇ ਬਣਾਈ ਤਾਂ ਬਣ ਗਾਣ ਵਿੱਚ ਇਹ ਸਾਰਾ ਕੀਮਾ ਮੈਂ ਭੁੰਨੀ ਤਾਂ ਪਾਸਾਂ ਬਿਸਮਿਲਲਾਹ ਰਹਿਮਾਨ ਰਹਿਮ ਪੈਸਾ ਰੱਖੀ ਜਾ ਪਾਣੀ ਪੈਦਾ ਰਹੋ ਸੀ ਇੱਥੋਂ ਦਾ ਤੇਲ ਦਾ ਤੂੰ ਨਾ ਬਈ ਉਸਾਂ ਇਹ ਪੈਸਾ ਜਾ ਜੁੰਨਾ ਨਹੀਂ ਅੱਛੀ ਪੁੱਟਣਾ ਨਹੀਂ ਆਪੇ ਇੱਥੇ ਪਹਿਲਾਂ ਇਹ ਵੀ ਜ਼ਰਾ ਪਾਣਾ ਹੋਰ ਕੋਈ ਕੋਈ ਤੇਲ ਸਾਰ ਮਾਰਿਆ ਨਹੀਂ ਖਾਈ ਜਾ ਆਪੇ ਚਿਮਟਣਾ ਨਹੀਂ ਕੀਮਾ ਕਦੇ ਰੱਖਿਆ ਸਾ ਪਲੀਜ਼ ਕਿਤਾਬ ਤਾਂ ਕੀਮਾ ਤਾਂ ਕਦੀ ਤਾਂ ਮੈਂ ਪਾਣੀ ਬਹਿ ਗਿਆ ਸਭ ਦੋ ਤਰੇ ਵਾਰੀ ਪਾਣੀ ਵਿੱਚੋਂ ਕੱਢੀ ਰਹੀ ਹਾਂ ਤੂੰ ਇਹ ਪਾਣੀ ਜਾਣਾ ਇਹ ਆਖਰੀ ਦੇਣਾ ਯਾਰ ਇਹ ਪਾਣੀ ਬਹਿ ਰੱਖੀ ਤਾਂ ਸਭ ਦਾ ਰੱਖੀ ਤਾਂ ਫਿਰ ਖੂਨ ਸਾਰਾ ਵਿੱਚੋਂ ਨਿਕਲ ਜਾਣਾ ਤਾਂ ਕੀਮਾ ਚਿੱਟਾ ਛੇੜ ਲੈ ਜਾਣਾ ਪਾਣੀਆਂ ਬਹਿ ਰੱਖੀ ਹੁੰਦੀਆਂ ਤਾਂ ਭਰਨੀ ਨਾ ਉਸ ਪਾਣੀ ਅਗਲਾ ਕੱਢ ਦੋ ਹੋਰ ਬਹਿ ਹੁੰਦੀਆਂ ਤਾਂ ਸਾਰਾ ਖੂਨ ਵਿੱਚੋਂ ਨਿਕਲ ਜਾਣਾ ਤਾਂ ਤੂੰ ਪਾਣੀ ਦਾ ਫੱਟਾ ਹੋਵੇ ਟਮਾਟਰ ਦਾ ਟਮਾਟਰ ਇਸ ਤਰ੍ਹਾਂ ਪਾਣੀ ਸੁੱਕੀ ਰਿਹਾ ਸੀ ਨਾ ਇਲੇ ਇਸੀ ਜੇ ਕੀਮਾ ਬੈਠੇ ਸਾਂ ਹੈ ਜਵਾਬ ਕੀਮਾ ਪੁੱਜੀ ਤਾਂ ਇਹ ਬਸਾਂ ਪੁੱਜੀਗਾ ਕੀਮਾ ਤਾਂ ਇੱਥੋਂ ਜੇ ਨਾਲ ਪੀਸ ਬਿਛੜੇ ਇਹ ਫਰੀਜ਼ ਕਿਤੇ ਰਹਿੰਦਾ ਤਾਜ਼ੇ ਮਟਰ ਤਾਂ ਹੋਣੇ ਜਿਹੜੇ ਅਸੀਂ ਆਪਣੇ ਪਾਕਿਸਤਾਨ 'ਚ ਉਹ ਤਾਜ਼ੇ ਦੇ ਫਰੀਜ਼ ਕਿਤੇ ਹੋਣੇ ਨਾ ਤਾਂ ਬੂਹ ਬੈਰੇ ਕਰੀ ਜਾਣੇ ਕੀਮਾ ਪੁੱਜਾ ਹੋਣੇ ਸੀ ਬਾਲੀਆ ਸੋਸ ਪੈਸਟਾ ਸੋਸ ਬਿਸਮਿਲਲਾਹ ਬੋਸਲਾ ਥੋੜ੍ਹਾ ਜਿਹਾ ਪਾਣੀ ਜਾਣਾ ਵੀ ਬੋਸਲਾ ਫਿਰ ਇਹਨਾਂ ਦੇ ਵਿੱਚ ਬੈਠ ਗਿਆ ਅਤੇ ਉਹਨਾਂ ਦੇ ਮਟਰਾਂ ਥੋੜ੍ਹਾ ਵੀ ਚੇਂਜ ਹੋਈ ਜੱਸੀ ਨਾਲੇ ਸੋਸ ਜ਼ਿਆਦਾ ਜੇ ਚੰਗਾ ਕੀਮੇ ਵਿੱਚ ਮਿਕਸ ਹੋਈ ਜੱਸੀ ਅਤੇ ਪੈਸਤਾ ਜ਼ਿਆਦਾ ਇਹਦਾ ਪਾਣੀ ਵਿੱਚ ਤਾਂ ਰੱਖਿਆ ਵਾ ਤਾਂ ਬੜੀ ਬਣਾਈ ਲੈਂਦੀ ਸੀ ਵਿੱਚ ਮਿਕਸ ਕਰੀ ਕਿਉਂ ਸਾਨੂੰ ਕੀਮਾ ਜਾਣਾ ਬੋਲੂ ਬਿਲਕੁਲ ਭੁੱਜੀ ਗਿਆ ਕੀਮਾ ਅਤੇ ਪਾਣੀ ਸੀ ਜਲਾ ਹੋਈ ਗਿਆ ਇਹ ਤਾਂ ਕਹਿੰਦੇ ਆ ਤੇਲ ਕਿਰਿਆ ਵਸ ਨਾਲੋਂ ਤਾਂ ਸੋਸ ਜਿਹੜਾ ਜ਼ਿਆਦਾ ਕੀਮਾ ਬਿਲਕੁਲ ਮਿਕਸ ਹੋਈ ਗਿਆ ਤਾਂ ਮੁਝ ਕਿਵੇਂ ਪੈਸਾ ਵਿਆਲੇ ਵਾਲੀ ਤਾਂ ਰੱਖਿਆ ਵਾ ਉਸਨੇ ਵੀ ਇਹ ਮਰਚੀਆਂ ਨਹੀਂ ਹੁੰਦੀਆਂ ਸੀਗਾ ਇਹ ਮੈਂ ਕਦੀ ਸੁਣੋ ਇਸ ਕਰਦਾ ਉਹਨੇ ਪੈਸਾ ਵਾਲੀ ਰੱਖਿਆ ਵਾ ਤਾਂ ਬਸ ਹਾਂ ਇਸ ਜ਼ਿਆਦਾ ਇਹ ਬੱਚਿਆਂ ਜਾਣਾ ਕੋਈ ਫੇਵਰੇਟ ਡਿਸ਼ ਹੈ ਬੜੀ ਬੈਲੀ ਜਾਣੀ ਤਾਂ ਖੁਸ਼ੀ ਦਿਖਾਈ ਫਿਰਨੇ
ਆਪਣੀ ਸਾਰੀ ਕੁਛ ਵੋਇਸ ਨਹੀਂ ਕਿ ਮੈਂ ਨਹੀਂ ਤਾਂ ਜਾਂ ਪੈਸਾ ਸੋਚਿਆ ਵਾ ਇਸਨੇ ਮੈਂ ਕਿਤਨਾ ਸਾਰਾ ਮਿਕਸ ਹੋਈ ਗਿਆ ਨਾ ਇਹਦਾ ਚੀਜ਼ ਰੱਖੀ ਕਦੋਂ ਕੱਚ ਕਰਦਾ ਇਹਦਾ ਹੁਣ ਪੁੱਛਾਂ ਕੁੜੀਆਂ ਮੁੰਡਿਆਂ ਕੋਲ ਜੇ ਤਾਂ ਡਿਸ਼ਾਂ ਬਾਈ ਤਾਂ ਚੀਜ਼ ਆਪਣੀ ਬਾਈ ਆਪਣੇ ਰੱਖਿਆ ਨਾ ਤਾਂ ਜੇ ਇਸਾ ਤਾਂ ਗਰਮ ਗਰਮ ਜਾਂਦਾ ਪਲੇਟਾਂ 'ਚ ਬਾਈ ਦੱਸਣਾ ਖਾਈ ਬਸ ਨਾ ਤਾਂ ਆਪਣੀ ਚੀਜ਼ ਬਾਈ ਦਿਖਾਦਾ ਤਾਂ ਫਿਰ ਤੁਸੀਂ ਮੈਂ ਦੱਸੋ ਇਹ ਬਸ ਉਹਦੇ ਡੀ ਗਿਆ ਖਾਲੀ ਚੀਜ਼ ਪੇਸੀ ਸੀ ਜਦੋਂ ਉਹ ਬੱਚਿਆਂ ਦੀ ਮਰਜ਼ੀ ਵੀ ਪੇਸੀ ਹੈ ਕਿ ਮੈਂ ਬੈਠੀ ਜਾਂ ਪਲੇਟਾਂ 'ਚ ਆਪਣੇ ਚੀਜ਼ ਆਪਣੀ ਬਾਈ ਦਿਖਾ ਸਕਦੇ ਸੀ ਆਪਣੇ ਇੱਕ ਦੋ ਕੱਚ ਕਰਕੇ ਰੱਖੀ ਵੀ ਚੀਜ਼ ਤਾਂ ਆਪਣੀ ਬਾਈ ਦੱਸਾਂ ਨੇ ਇਹ ਮਿਕਸ ਕਰਨ ਦਾ ਬਹੁਤ ਸੋਹਣੀ ਚੀਜ਼ ਸੀ ਤਾਂ ਵੀਡੀਓ ਮੈਂ ਅਜੇ ਚੰਗੀ ਲੱਗਦੀ ਤਾਂ ਵੀਡੀਓ ਲਾਈਕ ਕਰਿਆ ਸ਼ੇਅਰ ਕਰਿਆ ਅਤੇ ਸਬਸਕ੍ਰਾਈਬ ਕਰਿਆ ਤਾਂ ਜਿਹਦੇ ਸਬਸਕ੍ਰਾਈਬ ਕੀਤਾ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਥੈਂਕ ਯੂ 105 ਸਬਸਕ੍ਰਾਈਬਰ ਬਣ ਜਾਏਗੇ ਮੈਂ ਇਤਨੀ ਖੁਸ਼ ਕੀਆ ਜਿਸਨਾ ਕੋਈ ਹਿਸਾਬ ਨਹੀਂ ਨਾ ਚੰਗੀ ਲੱਗਦੀ ਤਾਂ ਲਾਈਕ ਕਰੀ ਸ਼ੇਅਰ ਕਰੋ ਖੁਦਾ ਹਾਫਿਜ਼।